بسم اللہ الرحمن الرحیم کی محمد سے فاتونے تو ہم تیرے ہیں یہ جہاں چیز ہے کیا سب لوح قلم تیرے ہیں۔ السلام علیکم دوستو، امید کرنا کہ میرے دوست پھر میرے سبسکرائبر میرے پاکستان اینیمل ٹی وی نو چاہن والے پیار کرنے والے اور محبت کرنے والے میرے دوست پھر جتھے بھی واسرا ہون دے خوش واسرا ہون دے اللہ دے ڈھیر انعامات کرا میرے ویرا برا جناب علی نازل ہو رہا ہوں۔ جناب میں شکر گزار ہاں دل دی اتھا گرائے تو اپنے ویرا پراواں دا اپنے انہاں سبسکرائبراں دا جڑے ڈیلی بیس تے اج دے مصروف دور دے وچ بندہ نہ چیز دا چینل وزٹ کردے نے ہزاروں کلومیٹر دور بہ کے۔ جناب ہمیشہ تو کافی عرصے تو اس فیلڈ وچ کام کرنے پے فارمنگ دے وچ تے ہمیشہ تو میرے سبسکرائبر جڑے ہزاروں کلومیٹر دور بیٹھے نے پرانے سبسکرائبر او نئے ویوراں نوں اے میسج جے دنیا دے کسے وی کونے دے وچ بیٹھے جے ہزاروں کلومیٹر دور بیٹھے جے جس وی کنٹری وچ بیٹھے جے جس وی شہر سٹی وچ بیٹھے جے اگر اپنے گھر بیٹھیاں ستھرا جانور گارنٹی والا تسلی بخش اور دودھ والا لینا ہوئے تے پھر جناب علی پاکستان اینیمل ٹی وی نو وزٹ کرنا نہیں بھولنا۔ تے ہمیشہ طرح ویرا پر دسیندا ہے کہ جانور خریدو گائے خریدو نسل ذات والی بریڈ خریدو جرسی بریڈ خریدو فریزن کراس ਦੇਸੀ ਗਾਵਾਂ ਤੋਂ ਜਾਂਚ ਲਓ ਨਸਲ ਵਾਲਾ ਜਨਮ ਖਰੀਦੋ ਤੇ ਖਰੀਦੋ ਉਹ ਕਿਹੜਾ 20 ਲੀਟਰ ਪਲੱਸ ਕਰਦਾ ਹੋਵੇ। ਜਨਾਬੇ ਲਈ ਅੱਜ ਦੋ ਤੋਹਫੇ ਲੈ ਕੇ ਹਾਜ਼ਰ ਹੋਏ ਹਾਂ। ਬੜੇ ਦੋਸਤਾਂ ਦੀ ਡਿਮਾਂਡ ਸੀ, ਬੜੇ ਫਾਰਮਾਂ ਦੀ ਡਿਮਾਂਡ ਸੀ, ਬੜੇ ਗਵਾਲ ਵਾਲੇ ਦੋਸਤਾਂ ਦੀ ਡਿਮਾਂਡ ਸੀ ਔਰ ਸ਼ੌਕੀਨ ਹਜ਼ਰਾਤ ਦੀ ਸਪੈਸ਼ਲ ਰਿਕੁਐਸਟ ਸੀ ਅਬਦੁਰਹੀਮ ਬਾਈ ਕੋਈ 20 ਲੀਟਰ ਪਲੱਸ ਕਰਨ ਵਾਲੀ ਆਲਾ ਨਸਲ ਜ਼ਾਤ ਦੇ ਆਲਾ ਬਰੀਡ ਦੇ ਸ਼ੌਕੀਨ ਜਾਨਵਰ ਲੈ ਕੇ ਹਾਜ਼ਰ ਹੋਇਆ ਜੀ। ਜਨਾਬ ਅੱਜ ਸਫ਼ਰ ਕਰਕੇ ਆਏ ਹਾਂ, ਬੜੇ ਪਿਆਰੇ ਦੋ ਤੋਹਫੇ ਲੈ ਕੇ ਹਾਜ਼ਰ ਹੋਏ ਹਾਂ ਮੇਰੇ ਸਬਸਕ੍ਰਾਈਬਰ ਜਿਹੜੇ ਮੇਰੇ ਵੀਰ ਭਰਾ ਫਾਰਮ ਵਾਲੇ ਨੇ ਗਵਾਲ ਵਾਲੇ ਨੇ ਜਾਂ ਕਿਹੜੇ ਸ਼ੌਕੀਨ ਨੇ ਜਾਂ ਉਹ ਨੇ ਕਿਹੜੇ 20 ਲੀਟਰ ਪਲੱਸ ਕਰਨ ਵਾਲੇ ਜਾਨਵਰਾਂ ਦੇ ਸ਼ੌਕ ਰੱਖਦੇ ਨੇ ਅੱਜ ਦੇ ਤੋਹਫੇ ਸਪੈਸ਼ਲ ਉਹਨਾਂ ਵੀਰਾਂ ਭਰਾ ਵਾਸਤੇ ਨੇ। ਆਪਣੇ ਕੈਮਰਾਮੈਨ ਨੂੰ ਇਜਾਜ਼ਤ ਦਿਆਂਗਾ ਕਿ ਮੁਕਤਸਰ ਟਾਈਮ ਦੇ ਵਿੱਚ ਅੱਜ ਦੀਆਂ ਦੋ ਗਾਵਾਂ ਕਰਾਸ ਵੀਰਾਂ ਭਰਾ ਨੂੰ ਦਿਖਾਵਣ ਉਹ ਨਾਲਾ ਜਨਾਬੇ ਲਈ ਗੱਲਾਂ ਬਾਤਾਂ ਸ਼ੇਅਰ ਕਰਨ ਭਾਈ ਜਾਨ ਗਾਵਾਂ ਦਿਖਾ। ਮਾਸ਼ਾਅੱਲਾ ਗਾਏ ਨੰਬਰ 1 ਰੈੱਡ ਫਰੀਜ਼ੀਅਨ ਕਰਾਸ ਦੂਸਰਾ ਵਾਰਾ ਇੱਕ ਦਿਨ ਦੀ ਸੂਈ ਪਿੱਛੇ ਰੈੱਡ ਫਰੀਜ਼ੀਅਨ ਬੜੀ ਅਨਮੋਲ ਬੜੀ ਕਮਾਲ ਔਰ ਬੜਾ ਖੂਬਸੂਰਤ ਮਾਸ਼ਾਅੱਲਾ ਵੱਛੀ ਹੈ ਪਿੱਛੇ। ਮਾਸ਼ਾਅੱਲਾ ਇੱਕ ਦੀਆਂ ਦੋ ਗਾਵਾਂ ਨੇ। ਸਭ ਤੋਂ ਪਹਿਲੇ ਮੇਰੇ ਵੀਰਾਂ ਭਰਾਵਾਂ ਨੇ ਨਸਲ ਚੈੱਕ ਕਰਨੀ। ਮਾਸ਼ਾਅੱਲਾ ਗਾਏ ਕੋਲ ਨਸਲ ਬੜੀ ਕਮਾਲ, ਗਾਏ ਕੋਲ ਕਰਾਸ ਬੜੇ ਸ਼ਾਨਦਾਰ ਔਰ ਪ੍ਰਿੰਟ ਰੈੱਡ ਫਰੀਜ਼ੀਅਨ ਕਰਾਸ ਗਾ ਵਾਲਾ ਵਾਈਟ ਔਰ ਬਰਾਊਨ ਰੰਗ ਦੇ ਵਿੱਚ ਬੜੀ ਚਮਕ ਵਾਲਾ ਬੜੀ ਸ਼ਾਈਨਿੰਗ ਵਾਲਾ ਔਰ ਬੜਾ ਹੀ ਪਿਆਰਾ ਗਾਏ ਕੋਲ ਪ੍ਰਿੰਟ ਹੈ, ਨਸਲ ਬੜੀ ਕਮਾਲ ਰੈੱਡ ਫਰੀਜ਼ੀਅਨ ਕਰਾਸ। ਮਾਸ਼ਾਅੱਲਾ 20 ਲੀਟਰ ਪਲੱਸ ਕਰਨ ਵਾਲਾ ਦੋਸਤੋ ਜਾਨਵਰ ਹੈ, ਇਹ ਗੱਲ ਜ਼ੇਹਨ ਨਸ਼ੀਨ ਕਰਨੀ ਹੈ ਵੀਰਾਂ ਭਰਾਵਾਂ ਨੇ ਖੁਰਾਂ ਤੋਂ ਲੈ ਕੇ ਜਨਾਬੇ ਲਈ ਕੰਨ ਤੱਕ ਨਜ਼ਰ ਮਾਰ ਲੈਣੀ। ਮਾਸ਼ਾਅੱਲਾ ਗਾਏ ਕੋਲ ਕੱਦ ਬੜਾ ਹੀ ਵੱਡਾ, ਲੰਬਾਈ ਢੇਰ ਚੰਗੀ, ਨਸਲ ਬੜੀ ਕਮਾਲ, ਗਵਾਲ ਦੀ ਜਾਨ ਗਵਾਲ ਦੀ ਸ਼ਾਨ ਹੈ, ਗੋਲ ਖੁਰ ਨੇ, ਮੋਟੀਆਂ ਲੱਤਾਂ, ਬਾਰੀਕ ਚਮੜੀ, ਵੱਖੀ ਛੋਟੀ ਕੰਡ ਬਿਲਕੁਲ ਫਟੇ ਪੱਧਰ ਹੈਗੀ। ਮਾਸ਼ਾਅੱਲਾ ਗਾਏ ਨੰਬਰ 1 ਦੀਆਂ ਦੋ ਗਾਵਾਂ ਇੱਕ ਦਿਨ ਦੀ ਸੂਈਏ ਤੇ 20 ਲੀਟਰ ਪਲੱਸ ਕਰਨ ਵਾਲਾ ਜਾਨਵਰ। ਮਾਸ਼ਾਅੱਲਾ ਫੇਸ ਕੁਆਲਿਟੀ ਵੇਖ ਲੈਣੀ, ਮਾਸ਼ਾਅੱਲਾ ਬੜੀ ਕਮਾਲ ਦੀ ਫੇਸ ਕੁਆਲਿਟੀ, ਇਹ ਵੱਛੀ ਵੇਖਣੀ। ਮਾਸ਼ਾਅੱਲਾ ਕੋਈ ਆਮ ਵੱਛੀ ਨਹੀਂ ਹੈਗੀ, ਫਰੀਜ਼ਨ ਕਰਾਸ ਔਰ ਸੈਕਸ ਸੈਮਨ ਦੇ ਕਿਹੜੇ ਵੱਛੀਆਂ ਹੁੰਦੀਆਂ ਨੇ ਉਹਨਾਂ ਨੂੰ ਪਰੇ ਕਰਦੀ। ਮਾਸ਼ਾਅੱਲਾ ਗਾਏ ਦੇ ਪਿੱਛੇ ਵੱਛੀ ਬੜੀ ਕਮਾਲ ਜੇ, ਗਾਏ ਦਾ ਸਾਬਕਾ ਰਿਕਾਰਡ ਬੜਾ ਨਵਾਬੀ ਹੈ ਭਾਈਜਾਨ, ਖੋਲਿਆ ਜੇ ਨੂੰ ਕੱਦ ਵੇਖਣਾ, ਕੱਦ ਬਹੁਤ ਵੱਡਾ ਜੋ ਵੀਡੀਓ ਦੇ ਵਿੱਚ ਦਿਸਦਾ ਪਿਆ ਇਸ ਤੋਂ ਦੋ ਗੁਣਾ ਵੱਡਾ ਗਾਏ ਕੋਲ ਕੱਦ ਹੈ ਤੇ ਅਲਹਮਦੁਲਿਲਾ ਤਸੱਲੀਆਂ ਪੂਰੀਆਂ। ਗਰੰਟੀ ਵਾਲਾ ਜੀ, ਇੰਜ ਟਰਾਈ ਨਾ, ਗਰੰਟੀ ਵਾਲਾ ਜਾਨਵਰ ਜੇ ਟਰਾ ਫਰਾ ਦੇਖਣਾ, ਇੱਕ ਇੱਕ ਲੱਤ ਸਟੈਪ ਨਜ਼ਰ ਮਾਰਨੀ ਵੀਰਾਂ ਭਰਾਵਾਂ ਨੇ। ਮਾਸ਼ਾਅੱਲਾ ਵੈੜ ਕੋਲ ਕੱਦ ਬੜਾ ਹੀ ਵੱਡਾ, ਮਾਸ਼ਾਅੱਲਾ ਇਹ ਵੀਰਾਂ ਭਰਾ ਤਸੱਲੀਆਂ ਕਰਨੀਆਂ ਨੇ, ਬੈਗ ਤੋਂ ਪੁਰਸਤ ਚੈੱਕ ਕਰਨੇ ਨੇ, ਇਹ ਆਰਡਰ ਕੁਆਲਿਟੀ ਵੇਖਣੀ। ਮਾਸ਼ਾਅੱਲਾ ਇੱਕ ਦਿਨ ਦੀ ਸੂਈ
ਤੇ ਥੱਬਿਆਂ ਦੀ ਤੇ ਪੰਡਾਂ ਦੀ ਗਾਇਕ ਕੋਲੇ ਵੈੜ ਕੋਲੇ ਆਡਰ ਕੋਲਟੀਏ ਰੁਗ ਰੁਗ ਦਾ ਥਣ ਪੂਰੀ ਗਿੱਠ ਗਿੱਠ ਦੇ ਵੰਡਾਂ ਵਿਰਲਾਂ ਦੇ ਵਿੱਚ ਮਾਸ਼ਾਲਾ ਬੜਾ ਪਿਆਰਾ ਥਣ ਬੜਾ ਸੋਹਣਾ ਡਰਾਫਰਾ ਇਹ ਵੀਰਾਂ ਭਰਾਵਾਂ ਟੁਰਨ ਫਿਰਨ ਵੇਖਣਾ ਸ਼ੌਕੀਨ ਹਜ਼ਰਾਤ ਵਾਸਤੇ ਬੜਾ ਤੋਹਫਾ ਜੇ ਕਮਾਲ ਦਾ ਸਰਦੀ ਗਰਮੀ ਨੂੰ ਫੇਸ ਕਰੇਦਾ ਥੋੜ੍ਹੀ ਖੁਰਾਕ ਖਾਣੀ ਹੈ ਦੁੱਧ ਬੜਾ ਦੇ ਦੀ ਮਾਸ਼ਾਲਾ ਇਹ ਵੀਰਾਂ ਭਰਾਵਾਂ ਵੇਖਣਾ ਮਾਸ਼ਾਲਾ ਪੰਡਾਂ ਦੇ ਲਿਬਾਸਵਾਨੇ ਉਹ ਲਿਬਾਸਵਾਨਾ ਵੀ ਫਾੜੀ ਵਾਲਾ ਮਾਸ਼ਾਲਾ ਲੰਬਾਈ ਬੜੀ ਵੱਡੀ ਨਸਲ ਬੜੀ ਕਮਾਲ ਕੱਦ ਬੜਾ ਆਲਾ ਤੇ ਸ਼ਾਈਨਿੰਗ ਵਾਲੀ ਗਾਂ ਮਾਸ਼ਾਲਾ ਬੜੀ ਸ਼ਾਈਨਿੰਗ ਇਹਦਾ ਸਾਬਕਾ ਰਿਕਾਰਡ ਵੀ 20 ਲੀਟਰ ਪਲੱਸ ਕਰਦਾ ਰਹੇ ਸਾਬਕਾ ਰਿਕਾਰਡ ਵੀ 20 ਲੀਟਰ ਪਲੱਸ ਦਾ ਇਹ ਵੀਰਾਂ ਭਰਾਵਾਂ ਨੇ ਟੁਰਨ ਫੁਰਨ ਵੇਖ ਲੈਣਾ ਨਸਲ ਬੜੀ ਕਮਾਲ ਜੇ ਤੇ ਫਾਰਮ ਹਜ਼ਰਾਤ ਵਾਸਤੇ ਤੋਹਫਾ ਜੇ ਕਿਹੜੇ ਦੁੱਧ ਵਗੈਰਾ ਸੇਲ ਕਰਦੇ ਨੇ ਨਾ ਮੇਰੇ ਦੋਸਤ ਵੀਰ ਪਾਕਿਸਤਾਨ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਨੇ ਉਹਨਾਂ ਵਾਸਤੇ ਬੜਾ ਦੁੱਧ ਬੰਨਦੇ ਪਾਈ ਜਾਣ ਇਹ ਵੀਰਾਂ ਭਰਾਵਾਂ ਨੇ ਆਰਡਰ ਕੁਆਲਿਟੀ ਵੇਖਣੀ ਮਾਸ਼ਾਅੱਲਾ ਇਹਦੇ ਕੋਲ ਹਾਜ਼ਰ ਮੌਕੇ 20 ਲੀਟਰ ਪਲੱਸ ਬੋਲਾ ਮੌਜੂਦ ਹੈ ਟਾਈਮ ਟੂ ਟਾਈਮ ਕੋਈ ਦੋਸਤ ਵੀਰ ਦੋ ਟਾਈਮ ਚਾਰ ਟਾਈਮ ਚੁਆਈ ਕਰਨ ਜਾਵੇ ਚੁਆਈ ਕਰ ਸਕਦਾ ਇਹ ਗਾਏ ਨੰਬਰ ਦੋ ਜਰਸੀ ਔਰ ਜਨਾਬ ਵਾਲੀ ਚੋਲਾ ਸਾਨੀ ਕਰਾਸ ਦੇ ਵਿੱਚ ਬੜੇ ਨਵਾਬੀ ਗਾਏ ਕੋਲੇ ਕਰਾਸ ਇਹ ਵੀ ਇੱਕ ਦਿਨ ਦੀ ਸੂਈ ਹੈ ਇਹਦੇ ਪਿੱਛੇ ਹੈ ਬਛੜਾ ਬੜਾ ਖੂਬਸੂਰਤ ਬੜਾ ਪਿਆਰਾ ਮਾਸ਼ਾਅੱਲਾ ਗਾਏ ਦੇ ਪਿੱਛੇ ਵੱਛਾ ਹੈ ਗਾਏ ਕੋਲੇ ਕੱਦ ਵੇਖਣੀ ਹੈ ਰੈੱਡ ਫਰੀਜ਼ੀਅਨ ਗਾਏ ਤਰ੍ਹਾਂ ਇਸ ਵੈੜ ਕੋਲੇ ਵੀ ਕੱਦ ਬੜਾ ਵੱਡਾ ਇੱਕ ਦਿਨ ਦੀ ਸੂਈ ਦੂਸਰਾ ਵਾਰਾ ਮੂੰਹ 'ਚ ਸ਼ਰਤੀਆਂ ਜਵਾਨ ਹੈ ਮਾਸ਼ਾਅੱਲਾ ਨਸਲ ਵੇਖਣੀ ਹੈ ਬਾਰੀਕੀਆਂ ਚੈੱਕ ਕਰਨੀਆਂ ਨੇ ਬਾਰੀਕੀਆਂ ਬਹੁਤ ਚੰਗੀਆਂ ਮਾਸ਼ਾਅੱਲਾ ਸ਼ਾਈਨਿੰਗ ਵਾਲਾ ਗਾਏ ਕੋਲੇ ਪ੍ਰਿੰਟ ਮੌਜੂਦ ਹੈ ਬਲੈਕ ਰੰਗ ਦੇ ਵਿੱਚ ਕੱਦ ਬੜਾ ਵੱਡਾ ਔਰ ਲੰਬਾਈਆਂ ਵੱਡੀਆਂ ਦੇ ਵਿੱਚ ਮਾਸ਼ਾਅੱਲਾ ਵੱਡੇ ਜੋੜਾਂ ਜਾਨਵਰ ਮੇਰੇ ਦੋਸਤ ਵੀਰ ਕਿਹੜੇ ਖੁਆਇਸ਼ਮੰਦ ਨੇ ਸ਼ੌਕੀਨ ਜਾਨਵਰਾਂ ਦਾ ਉਹਨਾਂ ਵਾਸਤੇ ਤੋਹਫਾ ਇਹ ਫੇਸ ਕੁਆਲਿਟੀ ਵੇਖਣੀ ਮਾਸ਼ਾਅੱਲਾ ਜਨਮਨ ਕੋਨੀ ਮੋਨੀ ਬੜੀ ਕਮਾਲ ਦੀ ਔਰ ਬੜੀ ਆਲਾ ਗਾਏ ਦੇ ਕੋਲੇ ਫੇਸ ਕੁਆਲਿਟੀ ਏ ਇਹ ਖੁਰਾ ਨਜ਼ਰ ਮਾਰਨੀ ਮਾਸ਼ਾਅੱਲਾ ਗੋਲ ਖੁਰ ਨੇ ਤਾਂ ਗਾਏ ਕੋਲੇ ਕੱਦ ਵੇਖਣਾ ਮੈਂ ਕਹਿੰਦਾ ਕਿ ਪੂਰੀ ਬੰਦੇ ਜਿੱਡੀ ਹਾਈਟ ਮਾਸ਼ਾਅੱਲਾ ਗਾਏ ਦੇ ਕੋਲੇ ਅੱਲਾ ਦੇ ਫਜ਼ਲ ਕਰਮ ਨਾਲ ਗਾਏ ਦੇ ਕੋਲੇ ਹਾਈਟ ਪੂਰੀ ਬੰਦੇ ਜਿੱਡੀ ਲੰਬਾਈ ਢੇਰ ਚੰਗੀ 20 ਲੀਟਰ ਪਲੱਸ ਅਲਹਮਦੁਲਿਲਾ ਦੁੱਧ ਕਰੇਦੀ ਇਨਸ਼ਾਅੱਲਾ ਮੈਲ ਛਾਲ ਤੋਂ ਬਾਹਰ ਜਾ ਕੇ ਸਰਦੀ ਗਰਮੀ ਨੂੰ ਫੇਸ ਕਰੇ ਕਿਉਂਕਿ ਜਰਸੀ ਔਰ ਚੋਲਸਤਾਨੀ ਕਰਾਸ ਦੇ ਵਿੱਚ ਇਹ ਵੀਰਾਂ ਭਰਾਵਾਂ ਨੇ ਆਰਡਰ ਕੁਆਲਿਟੀ ਵੇਖਣੀ ਦੋਸਤੋ ਥੱਬਿਆਂ ਦੇ ਔਰ ਪੰਡਾਂ ਦੇ ਲਿਬਾਸ ਵਾਨੇ ਮੱਝਾਂ ਵਾਲਾ ਥਣ ਪੂਰੀ ਰੁਗ ਰੁਗ ਦਾ ਔਰ ਗਿੱਠ ਗਿੱਠ ਦੇ ਵੰਡਾਂ ਵਿਰਲਾਂ ਦੇ ਵਿੱਚ ਇਹ ਬੈਕ ਸਾਈਡ ਤੋਂ ਵਿਊ ਚੈੱਕ ਕਰਨਾ ਇਹ ਕੰਢ ਵੇਖਣੀ ਜੋ ਬਿਲਕੁਲ ਪੱਧਰ ਹੈਗੀ ਹੈ ਬਾਰੀਕ ਚਮੜੀ ਵੱਖੀ ਛੋਟੀ ਗਾਏ ਕੋਲੇ ਕਿਹੜਾ ਬੋਡੀ ਸਟੱਕਰ ਨੇ ਦੋਸਤੋ ਬੜਾ ਹੀ ਨਵਾਬੀ ਹੈ ਬੜਾ ਹੀ ਸ਼ਾਨਦਾਰ ਹੈ ਇਹ ਵੀਰਾਂ ਭਰਾਵਾਂ ਨੇ ਲੈਫਟ ਸਾਈਡ ਦਾ ਪ੍ਰਿੰਟ ਵੇਖ ਲੈਣਾ ਮਾਸ਼ਾਅੱਲਾ ਕੱਦ ਵੇਖ ਲੈਣਾ ਇਹ ਆਮ ਜਾਨਵਰ ਨਹੀਂ ਦਾ ਇਹਨੂੰ ਸਰਦੀ ਗਰਮੀ ਨੇ ਫੇਸ ਕਰਨਾ ਖੁਰਾਕ ਤੁਨ ਕੇ ਖਾਵੇਦਾ ਤੇ ਦੁੱਧ ਤੁਹਾਡੀ ਸੋਚ ਤੋਂ ਵੀ 10 ਗੁਣਾ ਚੰਗਾ ਦੇਦਾ ਇਨਸ਼ਾਅੱਲਾ ਭਾਈ ਜਾਨ ਇਹਨੂੰ ਖੋਲਿਆ ਜੇ ਟਰਾ ਫਰਾ ਦੇਖਣਾ ਤੇ ਫੁੱਟ ਫੁੱਟ ਪੱਟਾਂ ਦੇ ਵਿੱਚੋਂ ਬਾਹਰ ਮਾਸ਼ਾਅੱਲਾ ਅੱਲਾ ਦੇ ਹੁਕਮ ਨਾਲ ਕਿਹੜੀ ਅੱਜ ਦੋ ਤੋਹਫੇ ਲੈ ਕੇ ਹਾਜ਼ਰ ਹੋਏ ਆ ਇਹ ਨਸੀਬ ਵਾਲਾ ਮੇਰਾ ਵੀਰ ਭਰਾ ਖਰੀਦੇ ਦਾ ਇਹ ਫਾਰਮਾਂ ਦੀ ਜਾਨ ਕੱਢੇ ਦੀ ਇਨਸ਼ਾਅੱਲਾ ਫਾਰਮ ਵਾਲੇ ਦੋਸਤ ਵੀਰਾਂ ਭਰਾ ਦੀ ਜਾਨ ਕੱਢੇ ਦੀ ਕਿਹੜੇ ਸ਼ੌਕੀਨ ਹਜ਼ਰਾਤ ਨੇ ਜਾਂ ਦੁੱਧ ਵਗੈਰਾ ਸੇਲ ਕਰਦੇ ਉਹਨਾਂ ਵਾਸਤੇ ਤੋਹਫੇ ਇਹ ਟਰਨ ਫਿਰਨ ਵੇਖਣਾ ਮਾਸ਼ਾਅੱਲਾ ਬੜਾ ਸੋਹਣਾ ਟਰਾਫਰਾ ਕੋਈ ਲੱਤ ਦੇ ਵਿੱਚ ਵਾਧਾ ਘਾਟਾ ਨਹੀਂ ਹੈਗਾ ਤੇ ਥੱਬਿਆਂ ਦੀ ਔਰ ਪੰਡਾਂ ਦਾ ਲਿਬਾਸ ਵਾਨਾ ਮਾਸ਼ਾਅੱਲਾ ਇਹ ਫੁੱਟ ਫੁੱਟ ਪੱਟਾਂ ਦੇ ਵਿੱਚੋਂ ਬਾਹਰ ਇਹ ਵੀਰਾਂ ਭਰਾ ਨੇ ਪੂਰੀ ਜਰਸੀ ਔਰ ਚੋਲਸਤਾਨੀ ਕਰਾਸ ਗਾਇ ਦਾ ਵਿਊ ਚੈੱਕ ਕਰ ਲੈਣਾ ਮਾਸ਼ਾਅੱਲਾ ਇਹ ਵੀਰਾਂ ਭਰਾ ਨੇ ਟਰਾਫਰਾ ਵੇਖਣਾ ਮਾਸ਼ਾਅੱਲਾ ਮੈਂ ਨਾ ਚਾਲ ਬੜੀ ਮੋਰਨੀ ਰੰਗੀ ਜਾਨਵਰ ਬੜਾ ਹੀ ਨਵਾਬੀ ਹੈ ਦੋਸਤੋ ਮਾਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਗਾਏ ਬੜੀ ਨਵਾਬੀ ਮਾਸ਼ਾਅੱਲਾ ਇਹਨੂੰ ਕੋਈ ਖੁਰਾਕ ਪਾਵੇ ਦਾ ਨਾ ਇਹਨੇ ਦੁੱਧ ਦੇ ਰਿਕਾਰਡ ਤੋੜ ਦੇਣੇ ਅਲਹਮਦੁਲਿਲਾ ਇਸ ਗਾਏ ਨੇ ਦੁੱਧ ਦੇ ਰਿਕਾਰਡ ਤੋੜ ਦੇਣੇ ਨੇ ਫ੍ਰੀਜ਼ਨ ਕਰਾਸ ਗਾਵਾਂ ਤੋਂ ਦੁੱਧ ਪਰੇ ਕਰੇਦੀ ਇਨਸ਼ਾਅੱਲਾ ਇੱਕ ਦਿਨ ਦੀ ਸੂਈ ਏ ਨਸਲ ਬੜੀ ਕਮਾਲ ਦੇ ਕਿਹੜਾ ਦੋਸਤ ਵੀਰ ਮੌਕੇ ਤੇ ਆਵੇ ਦਾ ਨਾ ਵੇਖੇਦਾ ਦੋ ਗੁਣਾ ਜ਼ਿਆਦਾ ਵੱਡੇ ਕੱਦ ਦੇ ਵਿੱਚ ਵੱਡੀਆਂ ਹਾਈਟਾਂ ਦੇ ਵਿੱਚ ਮਾਸ਼ਾਅੱਲਾ ਇਹ ਵੀਰਾਂ ਭਰਾਵਾਂ ਟੁਰਨ ਫਿਰਨ ਵੇਖ ਲੈਣਾ
ਕਰਨੇ ਮਾਲਕ ਸਾਹਿਬ ਰੇਟ ਸ਼ੇਟ ਦੀਆਂ ਗੱਲਾਂ ਪਿਆਰ ਮੈਂ ਬਤਾ ਲਈਆਂ। ਜਾਨਵਰ ਦੋਨੇ ਵੀ 22 ਲੀਟਰ ਪਲੱਸ ਕਰਨ ਵਾਲੇ ਨੇ ਅਲਹਮਦੁਲਿਲਾ। ਇਹ ਤੋਹਫਾ ਹੈ ਉਹਨਾਂ ਵੀਰਾਂ ਭਰਾਵਾਂ ਵਾਸਤੇ ਕਿਹੜੇ ਫਾਰਮਰ ਨੇ, ਗਵਾਲੀ ਨੇ, ਸ਼ੌਕੀਨ ਨੇ ਜਾਂ ਦੁੱਧ ਵਗੈਰਾ ਸੇਲ ਕਰਦੇ ਨੇ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ। ਇਹ ਪੂਰਾ ਵਿਊ ਵੇਖ ਲੈਣਾ, ਜਾਨਵਰ ਨੰਬਰ 2, ਇਹ ਜਾਨਵਰ ਨੰਬਰ 1 ਮੌਜੂਦ ਮਾਸ਼ਾਅੱਲਾ। ਪਿੱਛੇ ਵੱਛੀ ਇੱਕ ਦੀਆਂ ਦੋ ਗਾਵਾਂ, ਦੂਸਰਾ ਵਾਰਾ ਮੂੰਹ 'ਚ ਜਵਾਨ, ਇਹ ਵੀ ਦੂਸਰਾ ਵਾਰਾ ਇੱਕ ਦਿਨ ਸੂਈ, ਪਿੱਛੇ ਵੱਛਾ ਮੂੰਹ 'ਚ ਛਰਤੀਆ ਜਵਾਨ। ਮਾਲਕ ਨਾਲ ਗੱਲਬਾਤ ਕਰਨੇ ਆ ਮੁਖਸਰ ਜੀ ਕਿ ਜਨਾਬੇ ਲਈ ਕੀ ਗਰੰਟੀ ਸੈਂਟੀ ਵੀਰਾਂ ਭਰਾਵਾਂ ਵਾਸਤੇ। ਅਸਲਾਮੁਅਲੈਕੁਮ ਭਾਈ ਜਾਨ, ਵਾਲੇਕੁਮ ਸਲਾਮ, ਕੀ ਹਾਲ ਚਾਲ ਨੇ ਭਾਈ? ਕੀ ਨਾਮ ਹੈ ਭਾਈ? ਮੁਸਵਾ ਆਪਣਾ? ਮੁਸਵਾ ਜੀ ਭਾਈ, ਮੁਸਵਾ ਭਾਈ ਠੀਕ ਹੋ ਗਿਆ ਮਾਸ਼ਾਅੱਲਾ ਭਾਈ। ਗੁਲਾਮ ਮੁਸਵਾ ਤੇ ਪਹਿਲਾਂ ਵੀ ਜਾਨਵਰ ਕ੍ਰੈਡਿਟ ਫ੍ਰੀਜ਼ਰ ਲਗਾਇਆ ਸੀ, ਅਲਹਮਦੁਲਿਲਾ ਸੇਲ ਹੋਇਆ ਬੜੇ ਕਮਾਲ ਦੇ। ਔਰ ਸ਼ਕਲੋ ਸੂਰਤ ਤੋਂ, ਨਾਮ ਤੋਂ ਮੇਰੇ ਵੀਰ ਭਰਾ ਕਿਹੜੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਮੇਰੀ ਆਵਾਜ਼ ਸੁਣਦੇ ਪਏ ਨੇ, ਭਾਈ ਮੁਸਵਾ ਦੀ ਸ਼ਕਲੋ ਸੂਰਤ ਤੋਂ, ਨਾਮ ਤੋਂ ਵਾਕਫ ਨੇ, ਡੇਲੀ ਬੇਸ 'ਤੇ ਅਲਹਮਦੁਲਿਲਾ ਮਸ਼ਹੂਰ ਔਰ ਮੰਨੇ ਤੰਨੇ ਚੈਨਲਾਂ ਤੇ ਇਹਨਾਂ ਦੇ ਜਗ੍ਹਾ ਜਾਨਵਰਾਂ ਜਨਾਬੇ ਲਈ ਵੀਡੀਓ ਲੱਗਦੀਆਂ ਨੇ। ਅੱਛਾ ਭਾਈ ਮੁਸਵਾ ਮਾਸ਼ਾਅੱਲਾ ਤੁਹਾਡੇ ਕੋਲ ਬਾਰਹਾ ਬਾਰ ਆ ਰਹੇ ਹਨ, ਠੀਕ ਹੋ ਗਿਆ ਤੇ ਜਾਨਵਰ ਮਾਸ਼ਾਅੱਲਾ ਤੁਹਾਡੇ ਗਰੰਟੀ ਸ਼ੁਦਾ ਹੁੰਦੇ ਨੇ, ਤਸੱਲੀ ਬਖਸ਼ ਹੁੰਦੇ ਨੇ, ਕੋਈ ਗੱਲਬਾਤ ਚੋਰੀ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਤੁਹਾਡੇ ਜਾਨਵਰ ਹੁੰਦੇ ਹੀ ਬੜੇ ਖੂਬਸੂਰਤ ਨੇ ਮਾਸ਼ਾਅੱਲਾ। ਅੱਛਾ ਭਾਈ ਮੁਸਵਾ ਜਾਨਵਰ 2 ਦਿਖਾਏ ਨੇ ਆਪਾਂ, ਜਿਹਨਾਂ ਆਪਣਾ ਠੀਕ ਹੈ। ਪਹਿਲੇ ਆਪਾਂ ਸਟਾਰਟ ਕਰਨੀ ਗਾਏ ਨੰਬਰ 1 ਦੀ, ਕਿਹੜੀ ਰੈੱਡ ਫ੍ਰੀਜ਼ਨ ਗ੍ਰਾਸ, ਪਿੱਛੇ ਵੱਛੀ ਰੈੱਡ ਫ੍ਰੀਜ਼ਨ ਗ੍ਰਾਸ ਇੱਕ ਦੀਆਂ ਦੋ ਗਾਵਾਂ। ਅੱਛਾ ਇੱਕ ਦਿਨ ਦੇ ਸੂਈ, ਦੂਸਰਾ ਵਾਰ ਹੈ, ਦੂਸਰਾ ਵਾਰ ਹੈ, ਜਨਮ ਦੂਸਰਾ ਵਾਰ, ਕੋਈ ਤੀਸਰਾ ਸਾਬਤ ਕਰ ਦਵੇ, 50000 ਰੁਪਏ ਨਾਲ, 50000 ਰੁਪਏ ਉਹਨਾਂ ਨੇ ਨਾ ਮਿਲੇ ਲੱਗਣਾ ਕੋਈ ਤੀਸਰਾ ਵਾਰ ਸਾਬਤ ਕਰ ਦੇਦਾ। ਅੱਛਾ ਭਾਈ ਮੁਸਵਾ ਜਾਨਵਰ ਕੋਲੇ ਕਿਹੜੀ ਹਾਈਟ ਪੂਰੇ ਬੰਦੇ ਦੀ ਗੱਲਾਂ ਪਤਾ ਨਹੀਂ, ਕੋਈ ਦੋਸਤ ਕਦਕਾਰ ਚ, ਛੋਟੇ ਕਦਕਾਰ ਚ ਵੀ ਵੜਾ ਆਪਣੀਆਂ ਹੁਣ 50000 ਰੁਪਏ, 50000 ਰੁਪਏ ਮਿਲੇ ਦਾ ਕੋਈ ਦੋਸਤ ਵੀਰ ਮੌਕੇ ਤੇ ਆਵੇ ਦਾ ਜੋ ਵੀਡੀਓ ਦੇ ਵਿੱਚ ਕਦ ਨਜ਼ਰ ਆਏ ਇਸ ਤੋਂ 10 ਗੁਣਾ ਵੱਡੇ ਹੋਵਾਂਗੇ ਇਨਸ਼ਾਅੱਲਾ। ਅੱਛਾ ਦੂਸਰਾ ਵਾਰ ਹੈ, ਇਹਦੇ ਵਿੱਚ ਦੱਸ ਦਿਓ ਇੱਕ ਦਿਨ ਦੀ ਸੂਈ ਹੈ, ਕਿਸੇ ਕਿਸਮ ਦੀ ਕੋਈ ਬਿਮਾਰੀ ਆ ਹੋਵੇ, ਸਬਬ ਹੋਵੇ, ਕੋਈ ਕਿਸੇ ਦੀ ਆਪਣੇ ਖਾਣ ਦੀ ਹਰ ਤਰ੍ਹਾਂ ਦੀ ਬਿਮਾਰ, ਪਿੱਛਾ ਕੱਢਦੀ ਹੋਵੇ, ਦੰਦ ਦਾ ਮੂੰਹ ਚ ਹੋਵੇ, ਹਰ ਤਰ੍ਹਾਂ ਦੀ ਗਰੰਟੀ ਹੈ, ਹਰ ਤਰ੍ਹਾਂ ਦੀ ਆਪਣੀ ਗਰੰਟੀ, ਆਪਣੀ ਗਰੰਟੀ ਹੈ, ਕਿਸੇ ਕਿਸਮ ਦਾ ਐਬ ਹੋਇਆ ਤੁਸੀਂ ਜ਼ਿੰਮੇਵਾਰ ਹੋਵੋਗੇ, ਜਾਨ ਆਮ ਦਾ ਕਿਰਾਇਆ ਵੀ ਤੁਹਾਨੂੰ ਦੇਵਾਂਗੇ, ਬਿਲਕੁਲ। ਅੱਛਾ ਭਾਈ ਮੁਸਵਾ ਇਹ ਬੋਲੇ ਦੇ ਵਿੱਚ ਕੱਲ ਦੀ ਸੂਈ ਇੱਕ ਦਿਨ, ਹਾਂਜੀ ਬਿਲਕੁਲ, ਠੀਕ ਹੈ। ਵੈੜ ਕੋਲੇ ਕਿਹੜੀ ਨਸਲ ਹੈ ਨਾ, ਇਹ ਕੀ ਖਿਆਲ ਹੈ ਮੈਲੇ ਸ਼ਰੇ ਤੋਂ ਬਾਹਰ ਜਾ ਕੇ ਕੋਈ ਤੁੰਨ ਕੇ ਨੂੰ ਖੁਰਾਕ ਪਾਵੇ ਦਾ ਦੁੱਧ ਕਿੰਨਾ ਕਰ ਸਕਦਾ ਭਾਈ? ਜੇ ਤੁੰਨ ਕੇ ਦੇ ਸਾਮ ਕਰੇ ਇਹ ਆਪਣੇ ਕੋ ਵੈੜ ਸੂਈ ਹੈ ਕੱਲ। ਅੱਛਾ ਕੱਲ ਸੂਈ ਮਾਸ਼ਾਅੱਲਾ, ਆਪਣੇ ਕੋ 10 ਦਿਨ ਠਹਿਰ ਕੇ ਵੈੜ ਕੋ ਦੁੱਧ ਚੋਵੇ ਤਾਂ ਆਪਾਂ 27 ਤੋਂ 28 ਲੀਟਰ ਦੁੱਧ ਚਵਾਵਾਂਗੇ, ਚਵਾ ਕੇ ਧਿਆਨ ਦੇ, ਚਵਾ ਕੇ ਦੇਵਾਂਗੇ ਹਾਜ਼ਰ ਮੌਕੇ, ਇਸ ਟਾਈਮ ਕੋਈ ਆਈਸ ਵੇਟ ਚ ਮੇਰਾ ਕੋਈ ਭਰਾ ਲੈਂਦਾ 20 ਲੀਟਰ ਕਰੰਟ ਚਵਾ ਕੇ ਦੇਵਾਂਗੇ। ਇਹ ਦੋਸਤੋ ਭਾਈ ਮੁਸਵਾਦ ਸਾਹਿਬ ਦੀ ਜ਼ੁਬਾਨੀ ਸੁਣ ਲੈ, ਗੱਲਾਂ ਬਾਤਾਂ ਨਾਲ ਨਹੀਂ ਨਸਲ ਤੁਹਾਨੂੰ ਦਿਖਾਉਣੀ ਹੈ, ਇਹ ਨਹੀਂ ਕਿ ਗਾਂ ਸਾਹੀਵਾਲ ਦਿਖਾ ਕੇ ਚੋਲਸਤਾਨੀ ਵਿਖਾ ਕੇ ਤੁਹਾਨੂੰ ਦੱਸ ਦੀ ਕਿ 20 ਲੀਟਰ ਕਰੇਦੀ, 20 ਲੀਟਰ ਕਰਨ ਵਾਲੀਆਂ ਇਹ ਗਾਵਾਂ ਹੁੰਦੀਆਂ ਨੇ ਕਿਹੜੀਆਂ, ਅੱਜ ਮੈਂ ਆਪਣੇ ਵੀਰਾਂ ਭਰਾ ਨੂੰ ਭਾਈ ਮੁਸਤਫਾ ਸਾਹਿਬ ਦੇ ਦਿਖਾਣੇ ਪਏ। ਅੱਛਾ ਹਾਜ਼ਰ ਮੌਕੇ ਕੋਈ ਚਵਾਈ ਕਰੇ 20 ਲੀਟਰ ਪਲੱਸ ਚਵਾ ਕੇ, 20 ਲੀਟਰ ਕਰੰਟ ਦੁੱਧ ਚਵਾ ਕੇ ਦੇਵਾਂਗੇ, ਮੈਨੇ ਸ਼ਾਇਦ ਤੋਂ ਬਾਹਰ ਜਾ ਕੇ 26-27 ਲੀਟਰ ਕਰਦੇ, 20 ਲੀਟਰ ਆਪਾਂ ਦੁੱਧ ਚਵਾ ਕੇ ਦੇਵਾਂਗੇ, ਠੀਕ ਹੋ ਗਿਆ। ਜੋ ਗੱਲ ਭਾਈ ਮੁਸਤਫਾ ਕਰਦੇ ਪਏ ਜੇ ਗੱਲ ਦੀ ਆਪਣੀ ਪੂਰੀ ਗਾਰੰਟੀ ਹੋਣੀ ਚਾਹੀਦੀ ਹੈ, ਭਾਈ ਰਹਿਮ ਆਪਣੇ ਨਾਲ ਕੋਈ ਬੰਦਾ ਤੇਰੇ ਨਾਲ ਬਿਆਨਾ ਕਰ ਲਵੇ ਨਾ, ਬਿਆਨਾ ਕਰ ਦੇ ਨਾ, ਕੋਈ ਮੋਟਾ ਬਿਆਨਾ ਕਰੇ, ਮੋਟਾ ਬਿਆਨਾ ਕਰੇ, 1 ਲੱਖ ਰੁਪਿਆ ਬਿਆਨਾ ਕਰੇ, ਠੀਕ ਹੋ ਗਿਆ। ਆਖੇ ਮੈਂ ਭਾਈ ਜੀ 10 ਦਿਨਾਂ ਬਾਅਦ ਇਹਨੂੰ ਕੋ 27 ਲੀਟਰ ਦੁੱਧ ਚੋਣਾ, ਚੋਣਾ ਚਵਾ ਕੇ ਦਿਓ, ਚਵਾ ਕੇ ਦਿਓ, ਚਾਰ ਟਾਈਮ ਵੀ ਚੋਵੇ, 5 ਟਾਈਮ ਚੋਵੇ। ਅੱਛਾ ਠੀਕ ਹੋ ਗਿਆ। ਇਹਦੀ ਮੁਖਸਰ ਦੀ ਸੋਹਣੀ ਜੀ ਗੱਲ ਕਰੋ ਕਿਹੜੀ ਤੁਸੀਂ ਹਮੇਸ਼ਾ ਤੋਂ ਕਈ ਅਰਸੇ ਤੋਂ ਕਰਦੇ ਆਂਦੇ ਪਿਆ ਜੀ, ਮੁੱਲ ਕਰਨਾ ਉਹ ਕਿਹੜਾ 2 ਸਾਲ ਪਹਿਲਾਂ ਤੁਸੀਂ ਗਾਵਾਂ ਦਾ ਕਰਦੇ ਆਂ, ਲੇਟੈਸਟ ਮੁੱਲ ਨਹੀਂ ਕਰਨਾ, ਸਾਰੇ ਬੰਦੇ ਪਤਾ ਕੀ ਹੈ, 20 ਲੀਟਰ ਦੁੱਧ ਹੁੰਦਾ ਤੇ 30 ਲੀਟਰ ਦੀਆਂ ਗਰੰਟੀਆਂ ਦਿੰਦੇ, ਮੈਂ ਕਹਿਣਾ ਦਿੰਦੇ ਬਿਲਕੁਲ, ਆਪਣੇ ਪਾਸ ਬੰਦੇ ਵਿੱਚ ਦਿੰਦੇ, ਆਪਣੇ ਵੱਡੇ ਕਦਕਾੜ ਚ ਵੈੜ ਆ, ਲੋਕ ਮੁੱਲ 7-7 ਲੱਖ ਕਰਦੇ ਆ, ਕਰਦੇ ਆਪਾਂ ਬਿਲਕੁਲ, ਜੈਨੂਇਨ ਗੱਲ ਆ, ਕੋਈ ਬੰਦਾ ਕਹੇ ਨਾ ਕਿ ਨਹੀਂ ਇਹਨਾਂ ਨੂੰ ਪਤਾ, ਆਪਾਂ ਨੂੰ ਪਤਾ ਲੋਕ 7-7 7.5 ਲੱਖ ਮੁੱਲ ਦੁੱਧ ਜ਼ਿਆਦਾ ਚਵਾ ਦਿੰਦੇ, ਦੁੱਧ ਜ਼ਿਆਦਾ ਚਵਾ ਦਿੰਦੇ, ਦੁੱਧ 20 ਦੀ 35 ਲੀਟਰ ਕਰ ਦਿੰਦੇ, ਕਰ ਦਿੰਦੇ ਆ, ਤੇ ਆਪਾਂ ਵੀ ਇਹਦੇ ਥੱਲੇ ਜੇ 27-28 ਲੀਟਰ 20 ਲੀਟਰ ਕਰੰਟ ਚਵਾ ਸਕਦੇ, ਆਪਾਂ ਸਵੇਰੇ ਕੋਈ ਬੰਦਾ ਆ ਜਾਵੇ ਆਪਾਂ 5 ਗੜਵੀਆਂ ਮਰਵਾ ਦੇਵਾਂਗੇ। ਅੱਛਾ ਮਰਵਾ ਦੇ ਹੁੰਦੇ, ਮਰਵਾ ਦੇਵਾਂਗੇ ਆਪਾਂ ਸਵੇਰੇ, ਬਾਕੀ 20 ਲੀਟਰ ਦੁੱਧ ਜਿਹੜਾ ਨਾ ਉਹ ਪੱਕਾ, ਜੇ ਲੋਕਾਂ ਵਾਲੀਆਂ ਗੜਵੀਆਂ ਲੋਕ ਕਹਿੰਦੇ ਆਪਾਂ 5 ਮਰਵਾ ਦੇਵਾਂਗੇ, 5 ਮਰਵਾ ਦੇ ਛੋਟੀਆਂ ਗੜਵੀਆਂ। ਅੱਛਾ ਠੀਕ। ਅੱਛਾ ਭਾਈ ਮੁਸਵਾ ਹਮੇਸ਼ਾ ਤਰ੍ਹਾਂ ਸੋਹਣੀ ਜੀ ਗੱਲ ਕਰੋ, ਇਹਦੀ ਯੈਸ ਯਾ ਨੋ ਵਾਲੀ ਗੱਲ, ਯੈਸ ਨੋ ਵਾਲੀ ਆਵਾਜ਼ ਭਾਈ ਰਹੀ ਮੈਂ ਦੀ ਇਹ ਆ
ਆਪਾਂ ਕੋਈ ਮੁੱਲ ਨੀ, 6.5 ਲੱਖ ਕਰਨਾ ਨਾ 6 ਲੱਖ ਕਰਨਾ, ਆਪਾਂ ਇਹਦੇ ਜਿਹੜੇ ਪੈਸੇ ਲੈਣੇ 5,60,000 ਰੁਪਇਆ 5,60,000 ਰੁਪਇਆ। ਮਾਸ਼ਾਅੱਲਾ ਭਾਈ ਮੁਸਤਫਾ ਸਾਹਿਬ ਦੀ ਜ਼ੁਬਾਨੀ ਸੁਣ ਲਿਆ। ਇਹ ਜਿਹੀਆਂ ਗਾਵਾਂ ਚੈਨਲਾਂ ਦੇ ਜਦੋਂ ਚੜ੍ਹਦੀਆਂ 30-35 ਲੀਟਰ ਦੀ ਗਰੰਟੀ ਦੇ ਕੇ ਪੂਰਾ 2-2 ਲੱਖ ਰੁਪਇਆ ਮੁੱਲ ਹੀ ਉਦੋਂ ਚੱਕ ਦਿੰਦੇ ਉਦੋਂ ਕਰ ਦਿੰਦੇ। 5,60,000 ਦੇ ਵਿੱਚ 19-20 ਦਾ ਪਿਆਰ ਮੁਹੱਬਤ ਹੋਣਾ, ਜ਼ਿਆਦਾ ਨਹੀਂ ਹੋਣਾ। ਇਹਦੀ ਭਾਈ ਠੀਕ ਹੋ ਗਿਆ। ਜਾਨਵਰ ਨੰਬਰ 2 ਜਰਸੀ ਚੋਲਸਤਾਨੀ ਹਾਂਜੀ ਬਿਲਕੁਲ, ਰੈੱਡ ਫ੍ਰੀਜ਼ਨ ਨਾਲੋਂ ਵੀ 2 ਗੁਣਾ ਚੰਗੀ ਵੈੜ ਨਜ਼ਰ ਆਉਂਦੀ। ਕੱਦ ਦੋਵੇਂ ਚੰਗੇ ਹੋਣ, ਕੱਦ ਦੋਵੇਂ ਚੰਗੇ ਚੰਗੀਆਂ ਨਸਲ ਜ਼ਾਤ ਵਾਲੀਆਂ ਵੈੜਾਂ ਦੋਵੇਂ। ਅੱਛਾ ਠੀਕ ਹੋ ਗਿਆ। ਦੂਸਰਾ ਵਾਰ ਆਪ ਪਿੱਛੇ ਬੈਠੇ ਕਰੇ ਸੀ, ਅੱਜ ਹੀ ਸੋਈ ਹੈ। ਅੱਛਾ ਠੀਕ ਹੋ ਗਿਆ। ਇਹਦਾ ਕੀ ਖਿਆਲ ਹੈ ਮਲੇਸ਼ੀਆ ਤੋਂ ਬਾਹਰ ਜਾ ਕੇ ਆਏ ਤੋ ਕੋ 15 ਦਿਨਾਂ ਬਾਅਦ ਦੁੱਧ ਚੋਵੇ ਕਿੰਨਾ ਚਵਾ ਸਕਦੇ? 15 ਦਿਨਾਂ ਬਾਅਦ ਆਪਣੇ ਕੋ ਕੋਈ ਦੁੱਧ ਚੋਵੇ ਤੇ ਆਪਾਂ 5 ਲੀਟਰ ਦੁੱਧ ਚਵਾ ਦੇਵਾਂਗੇ। ਦਾ ਗੜਵੀ 5 ਮਰਾ ਕੇ ਦੋਗੇ? 5 ਗੜਵੀਆਂ ਮਰਵਾ ਕੇ ਦੋਗੇ? 10 ਵੀ ਮਾਰੇ ਆਪਣੀਆਂ ਦੋ ਵੈੜਾਂ ਕੋ ਕੋ 15 20 ਦਿਨ ਠਹਿਰ ਕੇ ਦੁੱਧ ਚੋਵੇ ਨਾ। ਅੱਛਾ ਠੀਕ ਹੋ ਗਿਆ। ਆਪਾਂ 5-5 ਲੀਟਰ ਤੇ ਪਲੱਸ ਦੁੱਧ ਚਵਾ ਦੇਵਾਂਗੇ। ਪਲੱਸ ਚਵਾ ਕੇ ਦੇਵਾਂਗੇ ਭਾਈ ਮੁਸਤਫਾ ਸਾਹਿਬ ਨੇ ਜੋ ਗੱਲ ਕੀਤੀ ਇਹਦੇ ਵਿੱਚ ਫਰਕ ਨਹੀਂ ਆਉਂਦਾ। ਹਰ ਬੰਦਾ ਜਿਹੜਾ ਫਰਕ ਨਹੀਂ ਆਵੇ ਭਾਈ ਵੇਂਦੇ ਆ ਨਾ, ਉਹ ਸਿਆਣੇ ਜਿਹੜੇ ਨਸਲ ਜਾਤ ਨੂੰ ਪਹਿਚਾਣਦੇ ਉਹ ਭਾਈ ਦੁੱਧ ਪੁੱਛਦੇ ਹੀ ਆ। ਦੁੱਧ ਪੁੱਛਦੇ ਉਹ ਨਸਲ ਨੂੰ ਵੇਖ, ਉਹ ਨਸਲ ਨੂੰ ਵੇਖ ਕੇ ਪਤਾ ਕਿ ਦੁੱਧ ਇਹਨਾਂ ਨੇ ਦੇਣਾ ਹੀ ਦੇਣਾ, ਇਹਨਾਂ ਨੇ ਦੇਣਾ ਤੇ ਟੱਗੀਆਂ ਨੇ ਤੇ ਦੇਣਾ। ਟੱਗੀਆਂ ਨੇ ਕਿੱਥੋਂ ਦੇਣਾ? ਹਾਂਜੀ ਅੱਛਾ ਠੀਕ ਹੋ ਗਿਆ। ਇਹਦੀ ਨਾ ਇਹ ਹਾਜ਼ਰ ਮੁੱਖ ਕੋਈ ਚਵਾਈ ਕਰੇ ਇਹਦਾ ਮਸਲਾ ਆਪਣੀ ਆਪਾਂ ਕਰੰਟ ਜਿਹੜਾ ਬੋਲਾ ਜਿਹੜਾ ਨਾ ਉਹ ਆਪਾਂ ਇਹਨਾਂ ਹਾਜ਼ਰ ਮੁੱਖ ਦਾ ਕਰੰਟ ਬੋਲਾ ਅੱਜ ਹੀ ਸੋਈ ਹੈ। ਅੱਜ ਹੀ ਸੋਈ ਹੈ। 18 ਲੀਟਰ ਬੋਲਾ 18 ਗੱਡੀਆਂ ਚਵਾ ਕੇ ਦੇਵਾਂਗੇ। ਕੋਈ ਵੀ ਨਹੀਂ, ਕੋਈ ਬਾਈ ਨੇ 18 ਲੀਟਰ ਆਪਾਂ ਮੌਕੇ ਤੇ ਚਵਾ ਕੇ ਦੇਵਾਂਗੇ, ਮੌਕੇ ਤੇ ਚਵਾ ਕੇ ਅੱਜ ਹੀ ਸੋਈ ਹੈ ਜੀ। ਠੀਕ ਹੋ ਗਿਆ। ਅੱਛਾ ਦੋਨੇ ਗਾਵਾਂ ਭਾਈ ਮੁਸਤਫਾ ਸਾਹਿਬ ਨੇ ਦਿਖਾਈਆਂ ਅੱਲਾ ਦੇ ਹੁਕਮ ਨਾਲ ਮਲੇਸ਼ੀਆ ਤੋਂ ਬਾਹਰ ਦੇ ਖੁਰਾਕ ਚੰਗੀ ਪਿਆ ਦੀ ਨਾ 25-25, 26-26, 27-27 ਲੀਟਰ ਦੋ ਟਾਈਮਾਂ ਦਾ ਬੱਚਿਆਂ ਨੂੰ ਛੱਡ ਕੇ ਦੇਣ ਦੀਆਂ ਦੇਣਗੇ ਛੱਡ ਕੇ ਇਹਦੀ ਪਿਆਰ ਮੁਹੱਬਤ ਵਾਲੀ ਸੋਹਣੀ ਜੀ ਗੱਲ ਕਰੋ ਜਿਵੇਂ ਰੈੱਡ ਫ੍ਰੀਜ਼ਨ ਦੀ ਕੀਤੀ ਨਾ, ਸੋਹਣੀ ਜੀ ਗੱਲ ਵੀਰਾਂ ਭਰਾਵਾਂ ਸਮਝ ਦੇ ਵਿੱਚ ਆਉਂਦੀ। ਤੁਸੀਂ ਰੋਜ਼ਮਰਾ ਦਾ ਕੰਮ ਕਾਰੋਬਾਰ ਕਰ ਤੁਹਾਨੂੰ ਪਤਾ ਭਾਈ ਬਿਲਕੁਲ ਠੀਕ ਹੋ ਗਿਆ। ਮਾਸ਼ਾਅੱਲਾ ਜਾਨਵਰ ਤੁਹਾਡੇ ਖਰੇ ਹੁੰਦੇ ਨੇ ਤਾਂ ਸੋਹਣੀ ਜੀ ਦੀ ਆਵਾਜ਼ ਦਿਓ। ਜਾਨਵਰ ਆਪਾਂ ਨੂੰ ਰਹਿਤ ਲੱਭਦਾ ਨਾ ਤੇ ਆਪਾਂ ਰਹਿਤ ਹੀ ਮੁੱਲ ਕਰੀਦੇ, ਆਪਾਂ ਇਹ ਲੋਕਾਂ ਦਾ ਨਹੀਂ ਕਰੀਦਾ, ਲੱਖ ਲੱਖ ਵੱਧ ਕਰਕੇ ਬਾਅਦ ਚ ਲੱਖ ਘੱਟ ਬਿਲਕੁਲ ਥੋੜੀ ਰੋਜ਼ੀ। ਹਾਂਜੀ ਥੋੜੀ ਰੋਜ਼ੀ ਰੱਖਣੀ ਆਪਾਂ, ਰਹਿਤ ਨਸਲ ਜ਼ਾਤ ਵਾਲੀ ਆ ਵੱਡੀ ਆ ਫੁੱਲ ਵੱਡੇ ਕਰਕੇ ਠੀਕ ਹੋ ਗਿਆ। ਇਹਦੇ ਜਿਹੜੇ ਪੈਸੇ ਆਪਾਂ ਲੈਣੇ ਆ 5,10,000 ਰੁਪਇਆ ਲੈਣਾ, 5,10,000 ਰੁਪਇਆ 5,10,000 ਦੇ ਵਿੱਚ 19-20 ਦਾ ਕਰ ਦਿਆਂਗੇ ਯਾਰ। ਕੋਈ ਮੌਕੇ ਜਿਹੜਾ ਭਰਾ ਆਉਂਦਾ ਰਹੀ ਭਾਈ ਫਿਰ ਕਰਨਾ ਪੈਂਦਾ। ਅੱਛਾ ਕਿਹੜਾ ਮੌਕੇ ਦੋਸਤ ਵੀ ਆਉਂਦਾ 5,10,000 ਦੇ ਵਿੱਚ ਭਾਈ ਮੁਸਤਫਾ ਸਾਹਿਬ ਨੇ ਅਗੇ ਪਿਆਰ ਮੁਹੱਬਤ ਕਰਕੇ ਦਿਆਂਦੇ। ਦੋਸਤੋ ਅਗਰ ਸਾਡੀ ਗੱਲ ਦੇ ਵਿੱਚ ਕੋਈ ਆਵੇ ਫਰਕ, ਉਹ ਮੁੱਖ ਇਤਿਹਾਸ ਤੇ 2 ਟਾਈਮ 4 ਟਾਈਮ ਚੋਲ ਹੋਵੇ। ਆਪਾਂ ਕਰੰਟ ਬੋਲਾ ਜਿਹੜਾ ਬੰਦਾ ਕੋਈ ਅੱਜ ਰਾਤ ਨੂੰ ਤੇਰੇ ਨਾਲ ਬਿਆਨਾ ਕਰਦਾ ਸੀ, ਆਪਾਂ 18 ਲੀਟਰ ਰਹਿੰਦੇ ਕੋਈ ਚਵਾ ਕੇ ਦੇਵਾਂਗੇ ਤੇ 20 ਲੀਟਰ ਹੁੰਦੇ 20 ਲੀਟਰ ਇਹਨਾਂ ਦੇ। ਜੇ ਲੋਕਾਂ ਵਾਲੀਆਂ ਗੜਵੀਆਂ ਮਾਰਨੀਆਂ ਤੇ ਆਪਾਂ ਦੋਨੀਆਂ 25-25 ਲੀਟਰ 25-25 ਲੀਟਰ ਮਰਵਾ ਕੇ ਦੇਵਾਂਗੇ ਮਾਸ਼ਾਅੱਲਾ ਦੇ ਹੁਕਮ। ਇਹ ਭਾਈ ਮੁਸਤਫਾ ਸਾਹਿਬ ਦੀ ਜ਼ੁਬਾਨੀ ਸੁਣ ਲਿਆ। ਉਮੀਦ ਕਰਨ ਦਾ ਜੋ ਵੀ ਗੱਲਬਾਤ ਕੀਤੀ ਗਈ ਜ਼ਿਹਨ ਦੇ ਵਿੱਚ ਇੱਕ ਹੀ ਗੱਲ ਰੱਖਣੀ ਕਿ ਜੋ ਗੱਲਬਾਤ ਵੀਡੀਓ ਦੇ ਵਿੱਚ ਕਰਤੀ ਇਸ ਤੋਂ 10 ਗੁਣਾ ਚੰਗੇ ਜਾਨਵਰ ਹੋਣ ਦੇ ਕੰਮ ਨਹੀਂ ਆਉਂਦੇ ਇਨਸ਼ਾਅੱਲਾ। ਤੇ ਭਾਈ ਮੁਸਤਫਾ ਸਾਹਿਬ ਜਾਨਵਰ ਹਮੇਸ਼ਾ ਤਰ੍ਹਾਂ ਬਾਰਹਾ ਬਾਹਰ ਦਿਖਾਉਂਦੇ ਆ ਰਹੇ ਆ ਤੇ ਦਿਖਾਈਏ ਤੋਂ ਉਮੀਦ ਕਰਨਾ ਵੀਰਾਂ ਭਰਾ ਨੂੰ ਪਸੰਦ ਵੀ ਆਉਣ ਦੇ, ਰਾਬਤਾ ਵੀ ਕਰਨ ਦੇ। ਲੋਕੇਸ਼ਨ ਜ਼ਿਲ੍ਹਾ ਪਾਕਿਸਤਾਨ ਸ਼ਰੀਫ ਚੱਕ ਨੰਬਰ 33 SP ਬਾਉ ਵਿਰਕ ਦੇ ਡੇਰੇ ਦੇ ਜਨਾਬੇ ਲਈ ਅੱਜ ਦੋ ਜਾਨਵਰ ਲੱਗੇ ਨੇ। ਤੋਂ ਉਮੀਦ ਕਰਨਾ ਵੀਰਾਂ ਭਰਾ ਨੂੰ ਗੱਲਬਾਤ ਪਸੰਦ ਆਵੇ ਦੀ। ਆਪਣਾ ਢੇਰ ਸਾਰਾ ਖਿਆਲ ਰੱਖੇ, ਆਪਣੀ ਦੁਆਵਾਂ ਵਿੱਚ ਹਮੇਸ਼ਾ ਯਾਦ ਰੱਖੇਗਾ। ਅੱਲਾ ਹਾਫਿਜ਼।